ਅਸੀਂ ਪਿੰਡੋਂ ਆਏ ਹਾਂ ਲਾਹੌਰ ਦੇ ਵਿੱਚ ਮਾਸ਼ਾਅੱਲਾ ਅਸੀਂ ਸੈੱਟ ਹੋ ਗਏ ਹਾਂ, ਅਸੀਂ ਬੰਗਲੇ ਬਣਾ ਦਿੱਤੇ ਨੇ, ਘਰ ਬਣਾ ਦਿੱਤਾ, ਅੱਲਾ ਦੀ ਸਾਡੇ ਤੇ ਖਾਸ ਰਹਿਮਤ ਹੋ ਗਈ ਹੈ। ਇੱਥੇ ਬੜੇ ਬੜੇ ਲੋਕ ਆਉਂਦੇ ਨੇ ਸਾਡੇ ਕੋਲ ਨੌਕਰੀਆਂ ਲੈਣ ਵਾਸਤੇ, ਬੜਾ ਬੜਾ ਅਸੀਂ ਕੰਮ ਕਰਨੇ ਆ। ਇਸ ਤੋਂ ਪਹਿਲੇ ਮੈਂ ਵਿਹਲਾ ਸੀ। ਨੌਕਰੀ ਲੱਭ ਜਾਏਗੀ? ਕੀ ਕੰਮ ਕਰ ਲੈਂਦੇ ਤੁਸੀਂ? ਨਾ ਮੈਂ ਪਹਿਲੇ ਡਾਕਟਰ ਹੁੰਦਾ ਸੀ ਪਿੰਡ ਵਿੱਚ। ਅੱਛਾ, ਨਾ ਸਾਈਕਲ ਨੂੰ ਪੈਂਚਰ ਲਾਉਂਦਾ ਸੀ। ਉਸ ਤੋਂ ਇਲਾਵਾ? ਉਸ ਤੋਂ ਇਲਾਵਾ ਨਾ ਮੈਂ ਰੋਟੀ ਪਕਾਉਣਾ, ਸਾਧਨ ਪਕਾਉਣਾ। ਉਸ ਤੋਂ ਇਲਾਵਾ ਵੀ ਮੁਖਰੀ ਇੱਟਾਂ ਇੱਟਾਂ ਲਾਉਣਾ। ਸ਼ਕਲ ਦੇ ਹਿਸਾਬ ਨਾਲ ਕਿ ਮੈਂ ਗੱਡਰ ਖੋਲ ਲੈਣਾ ਵਾ। ਤਾਨੂੰ ਨੌਕਰੀ ਲਵਾਉਣਾ? ਨੌਕਰੀ ਮੈਂ ਕਿਹੜੀ ਨੌਕਰੀ ਤੁਹਾਡੀ ਫੇਵਰੇਟ ਹੈ? ਨਾ ਮੇਰੀ ਫੇਵਰੇਟ ਹੈ ਜਿਹੜੀ ਮਰਜ਼ੀ ਸੌਖੀ ਤੋਂ ਸੌਖੀ ਮਿਸਤਰੀਆਂ ਦਾ ਕੰਮ ਦੇ ਦਿਓ। ਕਰ ਲਏਗਾ? ਕਰ ਲਾਂਗਾ। ਸਭ ਤੋਂ ਮੁਸ਼ਕਲ ਕੰਮ ਨਹੀਂ ਕਰ ਸਕਦਾ? ਨਹੀਂ ਕਰ ਲਏਗਾ ਤੂੰ? ਕੋਈ ਸ਼ੇਰ ਸੁਣਾ ਦੇ। ਮੁਸ਼ਕ ਕਰਦਾ ਸਦਾ ਆਪਣੀ ਮਰਜ਼ੀ ਦੇ ਕੰਮ ਨਾ ਰਾਹ ਵੇਖਦਾ ਨਾ ਗੁਰਾ ਵੇਖਦਾ, ਤੇ ਜਿੱਥੇ ਚਾਹਵੇ ਚੁਕਾ ਦੇਵੇ ਆਸ਼ਿਕ ਦਾ ਸਰ, ਨਾ ਖਾਣਾ ਤੇ ਨਾ ਕਰਦਾ। ਹੋਰ ਕੀ ਸ਼ੇਰ ਤੋਂ ਇਲਾਵਾ? ਬਾਪ ਮਰੇ ਸਿਰ ਨੰਗਾ ਹੁੰਦਾ ਤੇ ਵੀਰ ਮਰਨ ਕੰਡ ਖਾਲੀ, ਤੇ ਮਾਵਾਂ ਬਾਜ ਮੁਹੰਮਦ ਬਖਸ਼ਾ ਤੇ ਕੌਣ ਕਰੇ ਰੱਖਾ। ਕਿਆ ਕਹਿੰਦੇ ਹੋ? ਕੁੱਝ ਤੁਸੀਂ ਨੌਕਰੀ ਲਵਾਵਾਂਗੇ? ਹਾਂਜੀ। ਨੌਕਰੀ ਤੋਂ ਪਹਿਲੇ ਦੱਸੋ ਵੀ ਪੜ੍ਹੇ ਲਿਖੇ ਹੋ? ਹਾਂਜੀ ਪੜ੍ਹੇ ਲਿਖੇ ਆ। ਕਿੰਨਾ ਪੜ੍ਹੇ ਹੋ? ਨਾ ਮੈਂ 18 ਪੜ੍ਹਿਆ ਵਾਂ। 18 ਪੜ੍ਹਿਆ? ਹਾਂਜੀ। ਅੱਛਾ, ਤੇ ਹੁਣ ਤੂੰ ਨੌਕਰੀ ਤਲਾਸ਼ 'ਚ? ਨੌਕਰੀ ਤਲਾਸ਼ 'ਚ ਆ। ਠੰਡ ਬੜੀ ਹੈ। ਠੰਡ ਬੜੀ ਹੈ? ਨੌਕਰੀ ਦੇ ਦੇ ਜਾਂ ਫਿਰ ਕਿਸ ਪਾਸੇ ਢੂੰਡਣੀ ਹੈ? ਠੰਡ ਬੜੀ ਹੈ। ਆਇਓ ਤੁਹਾਨੂੰ ਤੁਸੀਂ ਨੌਕਰੀ ਦਿੰਦੇ ਆ, ਬੜੀ ਬੜੀ ਆਲਾ ਨੌਕਰੀਆਂ ਦੇ ਪਿੱਛੋਂ ਸਾਤੋਂ ਬਾਹਰ ਜਾ ਰਹੇ ਤੁਸੀਂ। ਅੱਛਾ, ਬਾਹਰ ਜਾਓਗੇ ਨਾ? ਅੱਛਾ, ਤਾਂ ਨੌਕਰੀ ਲੰਘ ਜਾਏਗੀ। ਮੈਂ ਦੁਆ ਦਿੱਤੀ, ਮੈਂ ਕਿਹਾ ਮਾਈ ਤੇਰੇ ਪੰਜ ਪੁੱਤਰਾਂ ਦੀ ਖੈਰ, ਮਾਈ ਸਿਆਣੀ ਸੀ, ਕਹਿੰਦੀ ਛੇਵੇਂ ਤੇਰੀ ਭੈਣ ਕੱਢੀ ਏ। ਬੜੇ ਬੜੇ ਕੰਮ ਕੀਤੇ ਨੇ ਅਤੇ ਜੁਗਤਾਂ ਹੀ ਬਣੀਆਂ ਹੁੰਦੀਆਂ ਪਾਦੀਆਂ ਹੀ। ਇੱਕ ਬੰਦੇ ਮੈਂ ਕਿਹਾ ਫੁਹਾਰਾ ਚੌਂਕ ਜਾਣਾ, ਫੁਹਾਰਾ ਨੇ ਮੇਰੇ ਹੱਥ ਫੜਾਤਾ, ਕਹਿੰਦਾ ਚੌਂਕ ਲੱਭ ਲੈ। ਐਸੇ ਐਸੇ ਕਰੀਅਰ ਆਦਮੀ ਨੇ ਇੱਥੇ। ਹੁਣ ਸਾਡੇ ਕੋਲ ਬੜੇ ਬੜੇ ਲੋਕ ਆਉਂਦੇ ਨੇ, ਬੜੇ ਬੜੇ ਸ਼ਰੀਫ ਲੋਕ ਵੀ ਨੇ, ਬਦਮਾਸ਼ ਲੋਕ ਵੀ ਨੇ। ਪਾਬਲਾ ਜੀ ਸ਼ਾਇਰ ਕਹਿੰਦਾ, ਪਾਬਲਾ ਤੋਂ ਯਾਦ ਆ ਗਿਆ, ਸ਼ਾਇਰ ਕਹਿੰਦਾ, ਕੋਈ ਸੁਣਨ ਦਾ ਚੈਨ ਹੋਵੇ, ਕੋਈ ਸੁਣਨ ਦਾ ਚੈਨ ਹੋਵੇ, ਉਸ ਮਾਂ ਦੀ ਕੀ ਤਾਰੀਫ ਕਰਾਂ ਜਿੰਦਾ ਪੁੱਤਰ ਹੁਸੈਨ ਹੋ। ਤਿੰਨ ਵੇਚ ਕੇ ਇੱਕ ਭੈਣ ਲੈ ਕੇ ਉਹਦਾ ਵਿਹਲਾ ਫਿਰਨ ਦੇ।
ਅਗਰ ਦੇਖਿਆ ਜੇ ਡਰਾਮਿਸਟ ਮੇਰਾ ਪਿਓ ਹੈ ਤੂੰ ਕਿਵੇਂ ਕਰ ਰਹੇ ਹੁਣ ਮੈਂ ਤੇ ਉਹਦੀ ਅੱਛਾ ਬੁੱਢੀ ਹੋਰ ਦੱਸੋ ਤੁਸੀਂ ਦੁਆਵਾ ਪੁੱਤੇ ਜੀ ਕਿੰਨੀਆਂ ਕੁੜੀਆਂ ਚਾਹੀਦੀਆਂ ਤੁਹਾਨੂੰ ਬਸ ਪੁੱਤਰ ਇੱਕ ਕੁੜੀ ਚਾਹੀਦੀ ਹੈ ਅੱਛੀ ਹੋਵੇ ਅੱਛਾ ਪੜ੍ਹੀ ਲਿਖੀ ਹੋਵੇ ਪੜ੍ਹੀ ਲਿਖੀ ਹੋਵੇ ਸ਼ਰੀਫ ਹੋਵੇ ਠੀਕ ਹੈ ਬੁੱਢੀ ਤੇ ਆਮ ਬੰਦਾ ਨਹੀਂ ਤੇਰਾ ਪਿਓ ਅੱਛਾ ਪੈਸਾ ਬੜਾ ਕਿੱਥੇ ਹੈ ਬੁੱਢੀ ਤੁਹਾਡੇ ਕੋਲ ਪੈਸਾ ਪੈਸੇ ਦੀ ਤੇ ਟੈਨਸ਼ਨ ਨਹੀਂ ਕੋਈ ਨਹੀਂ ਉਹ ਕਿਉਂ ਬੁੱਢੀ ਜਦੋਂ ਹੈ ਹੀ ਨਹੀਂ ਤੇ ਟੈਨਸ਼ਨ ਕਰ ਆਓ ਬੁੱਢੀ ਹਾਂ ਬੜਾ ਵੱਡਾ ਤੇਰਾ ਪਿਓ ਜਾਦੂਗਰ ਆ ਸਪੀਕਰ ਨੇ ਆਹੋ ਐ ਮੈਂ ਚਾਰ ਕਰਦੇ ਆ ਹੋਰ ਕਿਵੇਂ ਸ਼ੁਭ ਛੜਾ ਕਿੰਨਾ ਕਿੰਨਾ ਆ ਐ ਤਾਂ ਦੋ ਨੇ ਉਹ ਐ ਤੇ ਚਲੋ ਬੁੱਢੀ ਅਬੂ ਜੀ ਧਿਆਨ ਲੱਗਣਾ ਪਤਾ ਨਹੀਂ ਕੀ ਕੀ ਆ ਘਰ ਦੇ ਵਿੱਚ ਕਿੱਥੋਂ ਕਿੱਥੋਂ ਬਿੱਜੂ ਨਿਕਲਦੇ ਆ ਰਹੇ ਨੇ ਜਿਹੜੇ ਚਾਹੀਏ ਥੋੜੇ ਦਿਨਾਂ ਤੋਂ ਪੀਣ ਪਈਏ ਥੋੜੇ ਦਿਨਾਂ ਤੋਂ ਵਿਗੜ ਗਈਏ ਥੋੜੇ ਦਿਨਾਂ ਤੋਂ ਅਸਲਾਮ ਅਲੈਕਮ ਭਾਜੀ ਮਲਕ ਰਿਆਜ਼ ਬਹਿਰੀਆ ਟੋਨ ਮਲਕ ਰਿਆਜ਼ ਸਾਹਿਬ ਤੁਹਾਡੇ ਘਰ ਆ ਗਏ ਨੇ ਮੁਬਾਰਕ ਹੋਵੇ ਹੈ ਮੁਬਾਰਕ ਹੋਏ ਤੈਨੂੰ ਪਤਾ ਹੀ ਨਹੀਂ ਤੇਰੇ ਘਰ ਕਿੱਡੀ ਵੱਡੀ ਸ਼ਖਸੀਅਤ ਆ ਗਈ ਕੌਣ ਆਈ ਹੈ ਬੇਟੇ F16 ਡਰਾਮੇ ਵਾਲੀ ਗੱਲ ਓਏ ਇਹ ਕੀ ਹੈ 50 ਤੋਲਾ ਲੋਕਟ ਇਹ ਕਿਸ ਕੰਮ ਆਉਂਦਾ ਇਹ ਮੈਂ ਤੈਨੂੰ ਅਲੈਦਗੀ ਚ ਦੱਸਾਂਗਾ ਬੜਾ ਕਿੰਨੀ ਫੈਮਲੀ ਨਾਲ ਤੱਲਾ ਗਿਆ ਤੇਰਾ ਤੂੰ ਕੀ ਸਮਝਿਆ ਤੂੰ ਕੱਲਾ ਹੀ ਓਏ ਐ ਕੀ ਹੈ ਓਏ ਆਸਤਾ ਓ ਅਰੇ ਓ ਸਾਜੀ ਤੁਹਾਡੇ ਓ ਮਾਈ ਗੋਡ ਆਲ ਆਸ ਕਿਉ ਬੈਕ ਆਸ ਕਿਉ ਹੈ ਆਸ ਕਿਉ ਆਈ ਡੋਨਟ ਨੋ ਲਾਈਕ ਮੈਂ ਡਿਸਕਵਰ ਵੀ ਹੈ ਜੀ ਕਾਂਜੀ ਗਿਆਨ ਨੂੰ ਫੋਰ ਬੰਦ ਦਾ ਥੈਂਕਸ ਫਰ ਹੈ ਪ੍ਰੈਂਟ ਪੇਸ਼ ਕਰ ਨਾ ਭਾਈ ਉਸਤਾਦ ਜੀ ਮੁਬਾਰਕ ਹੋਏ ਪੰਜਾਬ ਯੂਨੀਵਰਸਿਟੀ ਤੋਂ ਕਜਰ ਵੀ ਆਉਣ ਲੱਗ ਪਏ ਉਹਨੂੰ ਬਾਹਰ ਪਤਾ ਕੀ ਹੈ ਕੀ ਹੈ ਤੇ ਬੇਟੇ ਆਈ ਫੋਨ ਲਾਇਆ ਕਿੱਥੇ ਹੋਇਆ ਇਹ ਚਾਰਜਿੰਗ ਤੇ ਲਾਇਆ ਜ਼ਰਾ ਤਲਕ ਤੇ ਚੈੱਕ ਕਰੋ ਤਲਕ ਚੈੱਕ ਕਰੋ ਤਲਕ ਚੈੱਕ ਕਰੋ ਵੱਡਾ ਤਲਕ ਹੈ ਤੁਹਾਡਾ 00 ਇੰਡੀਆ ਤੱਕ ਚਾਹੀ ਚਾਹੀਦੀ ਕਾਲ ਤੁਹਾਡੀ ਚੈੱਕ ਤੇ ਕਰ 00 ਓਏ ਤੁਹਾਡੀ ਭੈਣ ਨੂੰ ਆਖੀ ਓਏ ਤੇ ਮੋਦੀ ਦਾ ਨੰਬਰ ਮਿਲੀ ਹੈ ਹੈਲੋ ਮੋਦੀ ਤੇਰੀ ਵੀ ਦੀਦੀ ਭੈਣ ਮੋਦੀ ਓਏ ਯਾਰ ਇੱਕ ਛੋਟਾ ਜਿਹਾ ਸੌਦਾ ਕਰਨਾ ਸੀ ਉਹ ਮੈਂ ਕਹਿ ਰਿਹਾ ਸੀ ਰਮਨ ਜੀ ਤੁਸੀਂ ਲੈ ਲਓ ਕਸ਼ਮੀਰ ਸਾਨੂੰ ਦੇ ਦਿਓ ਹਾਂਜੀ ਹਾਂਜੀ ਨਹੀਂ ਨਹੀਂ ਮਸ਼ੀਨਾਂ ਤੁਹਾਡੀਆਂ ਹੀ ਹੋਣਗੀਆਂ ਕਾਰੀਗਰ ਤੇ ਇੱਥੇ ਤਪੇ ਬੈਠੇ ਇਹ ਰਾਮ ਦੀ ਹੁਣ ਤਾਂ ਹੀ ਰਾਮ ਦੀ ਐ ਵੇਖ ਲੈ ਫੌਰੀ ਇਹਨੂੰ ਪੇਕਿਆਂ ਦੀ ਯਾਦ ਆ ਗਈ ਭੈੜੇ ਸਾਡੇ ਨਾਲ ਤੇ ਅੱਗੇ ਜ਼ੁਲਮ ਹੋ ਰਿਹਾ ਕੀ ਹੋਇਆ ਯਕੀਨ ਮੰਨ ਲੈ ਓਏ ਐ ਕਿਉਂ ਇਹ ਐਂਟੀਨਾ ਪਿੱਟੀ ਵੀ ਚੁੱਕ ਲੈਂਦਾ ਚਿੱਟੇ ਦੇ ਕੋ ਭਾਵੇਂ ਭੈਣ ਚਕਵਾ ਲੈ ਪਾਗਲਾ ਫਿਰ ਦੁਖੀ ਹੋਏ ਐਡੀ ਦੂਰੋਂ ਆਇਆ ਵੀ ਬੰਦਾ ਐਡੀ ਦੂਰੋਂ ਮਿਲਣ ਲਿਆਵੇ ਡੱਲਾ ਵੇਖ ਕੇ ਬੱਚੀਆਂ ਲੁਕਾਵੇ ਅਗੋ ਸੋਹਣਾ ਕੰਡ ਕਰ ਪਾਵੇ ਅਰਮਾਨ ਤਾਂ ਲੱਗਦਾ ਏ ਅਫਸੋਸ ਤਾਂ ਲੱਗਦਾ ਏ ਭੈਣਾਂ ਪੇਸ਼ ਕਰੀ ਅਰਮਾਨ ਤਾਂ ਲੱਗਦਾ ਏ ਅਫਸੋਸ ਤਾਂ ਲੱਗਦਾ ਏ ਇੱਕ ਤਨਹਾ ਮੈਂ ਹਾਲਾਤ ਕੋਲੋਂ ਉਤੋਂ ਕੰਜਰਾ ਰੇਟ ਵਧਾਇਆ ਗੱਲ ਤੇ ਰੇਟ ਵਧਾ ਦੇਣੇ ਸਾਨੂੰ ਇੰਨਾ ਗਰੀਬ ਬਣਾਇਆ ਏ ਉਹ ਬੰਦਾ ਤੋਲਾ ਭੀਮ ਦਾ ਖਾਵੇ ਇੱਕ ਚੱਕਰ ਦੇ ਕਰਦਾ ਲਾਵੇ ਸਾਰੇ ਟੱਬਰ ਦੀ ਜੀਤ ਕਢਾਵੇ ਰਾਮਿਆਂ ਦੀ ਭੈਣ ਪੇਸ਼ ਕਰ ਦੱਸ ਤੋਕੇ ਕਾ ਤੇ ਇਹ ਬੁੜੀ ਕਹਿ ਸਕਦਾ ਵੈਸੇ ਆਪਾਂ ਦੀ ਗੱਲ ਚਿੱਟਾ ਸਾਹਿਬ ਹਾਂਜੀ ਦੁਨੀਆਂ ਤੇ ਹੋਰ ਵੀ ਚਿੱਟੀ ਹੈ ਵੇ
ਤੁਹਾਡੇ ਘਰ ਦੇ ਤੁਹਾਨੂੰ 7 ਦਿਨ ਬਾਅਦ ਕਿਤੇ ਬਾਲਾ ਤੇ ਨਹੀਂ ਦਵਾਉਂਦੇ? ਏਡਾ ਚੁੱਕਾ ਤੇ ਵੇਖਿਆ ਹੀ ਨਹੀਂ ਕੋਈ। ਤੁਹਾਨੂੰ ਪਤਾ ਹੈ ਕਿ ਕਿਹੜਾ ਮੈਂ ਇਸ ਘਰ 'ਚ ਵਿਆਹ ਕਰਾਉਣਾ। ਵਿਆਹ ਕਰਾ ਦੇ ਯਾਰ, ਬੜਾ ਦੁਖੀ ਹੋਇਆ ਪਿਆ ਜੀ। ਮੰਨ ਕੀ ਹੋਈ? ਕੁੜੀ ਫਸਾਲੀ ਤੇਰੇ ਭਰਾ ਨੇ, ਫੇਰ ਇਸ਼ਕ ਹੋ ਗਿਆ, ਘਰੋਂ ਕੱਢਣ ਨਹੀਂ ਲੱਗਾ, ਫੇਰ ਤੁਸਾਂ ਮਕਾਨ ਬਦਲਿਆ। ਹੁਣ ਸਹੀ ਆਦਮੀ ਏਡੀ ਖੱਜਲ ਖਰਾਬੀ ਕਿੱਥੋਂ? ਪਿਆਰ ਹੋਇਆ, ਇਸ਼ਕ ਹੋਇਆ ਤੇ ਚੁੱਕ ਲੈ ਚਿੱਟੇ, ਫਿਰ ਲੱਭਦਾ ਨਹੀਂ। ਰੱਬ ਨੂੰ ਛੋਟੀ ਭੈਣ ਦੇ ਦੇ। ਪਲੀਜ਼ ਮੁਝੇ ਦਿਖਾ ਦੇ, ਮੈਨੇ ਬਾਜੀ ਸਨੀ ਲਈ ਉਨਕੀ ਫਿਲਮ ਦੇਖਣੀ ਹੈ। ਵਾਸ਼ਰੂਮ ਪਿਆ ਚਲੇ ਜਾ।